ਇੰਟੈਲੀਜੈਂਟ ਹੈ ਯੂਥ, ਹੁਣ ਤਾਂ ਜ਼ਿਆਦਾ ਇੰਟੈਲੀਜੈਂਟ ਹੈ, ਪਰ ਉਹਨਾਂ ਨੂੰ ਕੰਮ ਆ ਰਹੇ ਤਾਂ ਅਸੀਂ ਲਾਉਣੇ ਨਾ, ਜਦੋਂ ਉਹਨਾਂ ਨੂੰ ਆ ਰਹੇ ਨਹੀਂ ਲਾਵਾਂਗੇ ਤਾਂ ਫਿਰ ਉਹ ਇੱਧਰ ਉੱਧਰ ਫਿਰਨਗੇ। ਨਹੀਂ ਅਨਪੜ੍ਹ ਬੰਦੇ ਵੀ ਨੇ, ਅਨਪੜ੍ਹ ਬੜੇ ਤਾਂ ਬਹੁਤ ਚੰਗੇ ਹੁੰਦੇ ਸੀ ਪਹਿਲਾਂ, ਉਹ ਸਧਾਰਨ ਹੁੰਦੇ ਸੀ ਕਿ ਆਪਦੇ ਫੈਸਲੇ ਆਪੇ ਨਿਬੇੜ ਲੈਂਦੇ ਸੀ, ਹੁਣ ਜਿਹੜੇ ਬਾਹਲੇ ਪੜ੍ਹੇ ਲਿਖੇ ਨਾ ਉਹੀ ਗੜਬੜ ਕਰਦੇ ਆ। ਟੂ ਬੀ ਵੈਰੀ ਫ੍ਰੈਂਕ, ਵੱਡੀ ਰਾਜਨੀਤੀ ਜਿਹੜੀ ਹੈਗੀ ਉਹ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ, ਜਿਵੇਂ ਵੱਡੀ ਸਰਕਾਰ ਪਿੰਡ ਦਾ ਮਸਲਾ ਪਿੰਡ 'ਚ ਖਰਚਾ ਖਰਚਾ ਕਰੀ ਜਾਓ ਤੁਸੀਂ, ਰੋਜ਼ ਜਾ ਕੇ ਉੱਥੇ ਬਹਿ ਜਾਓ, ਤੁਹਾਡੀਆਂ ਫਸਲਾਂ ਦਾ ਕੋਈ ਕੰਮ ਨਹੀਂ, ਤੁਹਾਡੇ ਕੋਈ ਘਰ ਦਾ ਕੋਈ ਤੁਸੀਂ ਨਿਬੇੜ ਸਕਦੇ, ਘਰ ਦੇ ਕੰਮ ਨਹੀਂ ਕਰ ਸਕਦੇ, ਹੋਰ ਕੁਛ ਨਹੀਂ ਕਰ ਸਕਦੇ। ਹਾਂ ਕੋਰਟ ਤੱਕ ਜਾਣ ਲੱਗੀ ਫਿਰ ਕੋਰਟ ਵਾਲੇ ਚੱਕਰ ਕਢਾਈ ਜਾਂਦੇ ਨੇ, ਤੁਸੀਂ ਪੈਸੇ ਦੇ ਹੀ ਜਾਓ, ਜੇ ਤੁਹਾਡੇ ਕੋਲ ਇੰਨੇ ਪੈਸੇ ਰੋਜ਼ ਕੋਰਟ ਜਾਓ, ਮੈਂ ਵੀ ਜਾਂਦੀ ਰਹੀ ਹਾਂ। ਇਸ ਕਰਕੇ ਪੰਚਾਇਤ ਸਟਰੋਂਗ ਹੋਵੇ ਤਾਂ ਬੇਟਾ ਸਭ ਕੁਛ ਹੋ, ਨਾਲੇ ਹੁਣ ਐ ਨਹੀਂ ਵੀ ਚੀਜ਼ਾਂ ਦੇ ਘਰ ਲੋਕਾਂ ਦੇ ਘਰ ਚੀਜ਼ਾਂ ਵੰਡੋ ਅਤੇ ਸਾਨੂੰ ਵੋਟ ਪਾਓ, ਇਹ ਵੀ ਨਹੀਂ ਹੋਣਾ ਚਾਹੀਦਾ। ਸਮਾਂ ਹੈਗਾ, ਯੂਥ ਬਹੁਤ ਅਪਡੇਟ ਹੈਗਾ, ਹਰ ਇੱਕ ਨੂੰ ਮੁਸ਼ਕਲਾਂ ਪਤਾ ਹੈਗਾ, ਇੰਟੈਲੀਜੈਂਟ ਹੈ ਯੂਥ, ਹੁਣ ਤਾਂ ਜ਼ਿਆਦਾ ਇੰਟੈਲੀਜੈਂਟ ਹੈ, ਪਰ ਉਹਨਾਂ ਨੂੰ ਕੰਮ ਆ ਰਹੇ ਤਾਂ ਅਸੀਂ ਲਾਉਣੇ ਨਾ, ਜਦੋਂ ਉਹਨਾਂ ਨੂੰ ਆ ਰਹੇ ਨਹੀਂ ਲਾਵਾਂਗੇ ਤਾਂ ਫਿਰ ਉਹ ਇੱਧਰ ਉੱਧਰ ਫਿਰਨਗੇ। ਠੀਕ ਹੈ, ਜੇਕਰ ਦੇਸ਼ ਦਾ ਵਿਕਾਸ ਇੱਕ ਪੜ੍ਹਿਆ ਲਿਖਿਆ ਵਰਗ, ਕਿਉਂਕਿ ਅੱਜ ਅਸੀਂ ਵੇਖਦੇ ਹਾਂ ਸਭ ਤੋਂ ਜ਼ਿਆਦਾ ਇਹ ਹੈਗਾ ਕਿ ਅਨਪੜ੍ਹਤਾ ਕਰਕੇ ਜਿਹੜੇ ਸਰਪੰਚ ਵੱਡੇ ਅਫਸਰਾਂ ਨਾਲ ਗੱਲਾਂ ਨਹੀਂ ਕਰ ਸਕਦੇ, ਥਾਣਿਆਂ ਤੱਕ ਜਿਹੜਾ ਸੀਮਤ ਰਹਿ ਗਿਆ ਸਾਡਾ ਸਿਸਟਮ। ਨਹੀਂ ਅਨਪੜ੍ਹ ਬੰਦੇ ਵੀ ਨੇ, ਅਨਪੜ੍ਹ ਬੜੇ ਤਾਂ ਬਹੁਤ ਚੰਗੇ ਹੁੰਦੇ ਸੀ ਪਹਿਲਾਂ, ਉਹ ਸਧਾਰਨ ਹੁੰਦੇ ਸੀ ਕਿ ਆਪਦੇ ਫੈਸਲੇ ਆਪੇ ਨਿਬੇੜ ਲੈਂਦੇ ਸੀ, ਹੁਣ ਜਿਹੜੇ ਬਾਹਲੇ ਪੜ੍ਹੇ ਲਿਖੇ ਨਾ ਉਹੀ ਗੜਬੜ ਕਰਦੇ ਆ। ਟੂ ਬੀ ਵੈਰੀ ਫ੍ਰੈਂਕ, ਉਹਨਾਂ ਨੂੰ ਚਾਹੀਦਾ ਵੀ ਜਿਹੜੇ ਹੁਣ ਲੋਕ ਹੈਗੇ ਇਕੱਠੇ ਹੋ ਜਾਣ, ਪਿੰਡ ਦੇ ਲੋਕ ਇਕੱਠੇ ਹੋ ਕੇ ਇੱਕ ਸਰਪੰਚ ਚੁਣ ਲੈਣ, ਆਪਦੇ ਪੰਚਾਇਤ ਚੁਣ ਲੈਣ, ਉਹ ਫੈਸਲੇ ਜਿਹੜੇ ਕਰਦੇ ਆ ਘਰ 'ਚ ਨਿਬੇੜ। ਮਤਲਬ ਵੱਡੀ ਰਾਜਨੀਤੀ ਜਿਹੜੀ ਹੈਗੀ ਉਹ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ, ਜਿਵੇਂ ਵੱਡੀ ਸਰਕਾਰ ਪਿੰਡ ਦਾ ਮਸਲਾ ਪਿੰਡ 'ਚ ਖਰਚਾ ਕਰੀ ਜਾਓ, ਤੁਸੀਂ ਰੋਜ਼ ਜਾ ਕੇ ਉੱਥੇ ਬਹਿ ਜਾਓ, ਤੁਹਾਡੀਆਂ ਫਸਲਾਂ ਦਾ ਕੋਈ ਕੰਮ ਨਹੀਂ, ਤੁਹਾਡੇ ਕੋਈ ਘਰ ਦਾ ਕੋਈ ਤੁਸੀਂ ਨਿਬੇੜ ਸਕਦੇ, ਘਰ ਦੇ ਕੰਮ ਨਹੀਂ ਕਰ ਸਕਦੇ, ਹੋਰ ਕੁਛ ਨਹੀਂ ਕਰ ਸਕਦੇ, ਫਿਰ ਤੁਹਾਡਾ ਤਾਂ ਖਰਚਾ ਹੀ ਖਰਚਾ ਹੈ। ਮਤਲਬ ਤੁਸੀਂ ਖਰਚਾ ਬਚਾਲੋ, ਤੁਹਾਡੇ ਪਰਿਵਾਰ ਸਰਪੰਚੀ ਇਲੈਕਸ਼ਨ 'ਚ ਸਰਪੰਚ ਤੁਸੀਂ ਕਹਿੰਦੇ ਰਹੇ ਆ, ਅਤੇ ਮਤਲਬ ਜਿਹੜਾ ਪਹਿਲਾਂ ਸਰਪੰਚੀ ਹੁੰਦੀ ਸੀ ਨਿੱਕੀ ਮੋਟੀ ਚੀਜ਼ਾਂ ਘਰ ਜਿਹੜੇ ਸੋਰਟ ਆਊਟ ਹੁੰਦੀਆਂ ਸੀ, ਅਤੇ ਹੁਣ ਜਿਹੜੇ ਵਿਆਹ ਮੈਰਿਜ ਦੇ ਜਿੰਨੇ ਡਿਸਪਿਊਟ ਹੁੰਦੇ ਨੇ ਹਰ ਇੱਕ ਨਿੱਕੀ ਨਿੱਕੀ ਚੀਜ਼ ਕੋਰਟਾਂ ਤੱਕ ਜਾਣ ਲੱਗੀ। ਹਾਂ ਕੋਰਟ ਤੱਕ ਜਾਣ ਲੱਗੀ ਫਿਰ ਕੋਰਟ ਵਾਲੇ ਚੱਕਰ ਕਢਾਈ ਜਾਂਦੇ ਨੇ, ਤੁਸੀਂ ਪੈਸੇ ਦੇ ਹੀ ਜਾਓ, ਜੇ ਤੁਹਾਡੇ ਕੋਲ ਇੰਨੇ ਪੈਸੇ ਰੋਜ਼ ਕੋਰਟ ਜਾਓ, ਮੈਂ ਵੀ ਜਾਂਦੀ ਰਹੀ ਹਾਂ। ਇਸ ਕਰਕੇ ਪੰਚਾਇਤ ਸਟਰੋਂਗ ਹੋਵੇ ਤਾਂ ਬੇਟਾ ਸਭ ਕੁਛ ਹੋ ਸਕਦਾ। ਆਖਰੀ ਸਵਾਲ ਕੀ ਕਹਿਣਾ ਚਾਹੁੰਦੇ ਹੋ ਦੇਸ਼ ਵਾਸੀਆਂ ਨੂੰ ਇਲੈਕਸ਼ਨ ਦੇ? ਮੈਂ ਤਾਂ ਇਹੀ ਕਹੂੰਗੀ ਵੀ ਜੇ ਸਿੰਸੀਅਰਲੀ ਕੋਈ ਵੀ ਬੰਦਾ ਟਰੁੱਥਫੁਲੀ ਸਿੰਸੀਅਰਲੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਉਹਨੂੰ ਸਕਸੈਸ ਮਿਲਣੀ ਮਿਲਣੀ ਹੈ, ਜਿਹੜੇ ਬੇਈਮਾਨੀ ਨਾਲ ਕੰਮ ਕਰਦੇ ਆ ਉਹ ਔਖੇ ਹੀ ਹੈ। ਮਤਲਬ ਜਿਹੜਾ ਨਸ਼ਿਆਂ ਜਿਹੜੇ ਆਪਣੇ ਵੋਟਾਂ ਵੇਚ ਦਿੰਦੇ ਹਾਂ ਜਾਂ ਅਸੀਂ ਨਸ਼ਿਆਂ ਦੇ ਹਾੜ 'ਚ ਆ ਕੇ ਬੰਦੇ ਉਹੀ ਨੂੰ ਚੁਣ ਲੈਂਦੇ, ਇੱਕ ਦਿਨ ਦੇ ਦੋ ਦਿਨਾਂ ਦੇ ਅਸੀਂ ਸਵਾਦ ਪਿੱਛੇ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਨਹੀਂ ਉਹ ਕੁਛ ਵੀ ਨਹੀਂ ਹੋਣਾ ਚਾਹੀਦਾ, ਨਾਲੇ ਹੁਣ ਐ ਨਹੀਂ ਵੀ ਚੀਜ਼ਾਂ ਦੇ ਘਰ ਲੋਕਾਂ ਦੇ ਘਰ ਚੀਜ਼ਾਂ ਵੰਡੋ ਅਤੇ ਸਾਨੂੰ ਵੋਟ ਪਾਓ, ਇਹ ਵੀ ਨਹੀਂ ਹੋਣਾ ਚਾਹੀਦਾ, ਖਰਚਾ ਕਰੋ ਹੀ ਨਾ, ਜਿਹਨੂੰ ਪਸੰਦ ਹੈ ਬੰਦਾ ਉਹ ਚੁੱਕ ਲੈ, ਲੱਖ ਲਾਏਗਾ ਫਿਰ ਉਹ ਇਕੱਠਾ ਵੀ ਕਰੇਗਾ, ਇਕੱਠਾ ਹੀ ਤਾਂ ਕਰ ਲਏਗਾ। ਇੰਟੈਲੀਜੈਂਟ ਹੈ ਯੂਥ, ਹੁਣ ਤਾਂ ਜ਼ਿਆਦਾ ਇੰਟੈਲੀਜੈਂਟ ਹੈ, ਪਰ ਉਹਨਾਂ ਨੂੰ ਕੰਮ ਆ ਰਹੇ ਤਾਂ ਅਸੀਂ ਲਾਉਣੇ ਨਾ, ਜਦੋਂ ਉਹਨਾਂ ਨੂੰ ਆ ਰਹੇ ਨਹੀਂ ਲਾਵਾਂਗੇ ਤਾਂ ਫਿਰ ਉਹ ਇੱਧਰ ਉੱਧਰ ਫਿਰਨਗੇ। ਨਹੀਂ ਅਨਪੜ੍ਹ ਬੰਦੇ ਵੀ ਨੇ, ਅਨਪੜ੍ਹ ਬੜੇ ਤਾਂ ਬਹੁਤ ਚੰਗੇ ਹੁੰਦੇ ਸੀ ਪਹਿਲਾਂ, ਉਹ ਸਧਾਰਨ ਹੁੰਦੇ ਸੀ ਕਿ ਆਪਦੇ ਫੈਸਲੇ ਆਪੇ ਨਿਬੇੜ ਲੈਂਦੇ ਸੀ, ਹੁਣ ਜਿਹੜੇ ਬਾਹਲੇ ਪੜ੍ਹੇ ਲਿਖੇ ਨਾ ਉਹੀ ਗੜਬੜ ਕਰਦੇ ਆ। ਟੂ ਬੀ ਵੈਰੀ ਫ੍ਰੈਂਕ, ਵੱਡੀ ਰਾਜਨੀਤੀ ਜਿਹੜੀ ਹੈਗੀ ਉਹ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ, ਜਿਵੇਂ ਵੱਡੀ ਸਰਕਾਰ ਪਿੰਡ ਦਾ ਮਸਲਾ ਪਿੰਡ 'ਚ ਖਰਚਾ ਕਰੀ ਜਾਓ, ਤੁਸੀਂ ਰੋਜ਼ ਜਾ ਕੇ ਉੱਥੇ ਬਹਿ ਜਾਓ, ਤੁਹਾਡੀਆਂ ਫਸਲਾਂ ਦਾ ਕੋਈ ਕੰਮ ਨਹੀਂ, ਤੁਹਾਡੇ ਕੋਈ ਘਰ ਦਾ ਕੋਈ ਤੁਸੀਂ ਨਿਬੇੜ ਸਕਦੇ, ਘਰ ਦੇ ਕੰਮ ਨਹੀਂ ਕਰ ਸਕਦੇ, ਹੋਰ ਕੁਛ ਨਹੀਂ ਕਰ ਸਕਦੇ। ਹਾਂ ਕੋਰਟ ਤੱਕ ਜਾਣ ਲੱਗੀ ਫਿਰ ਕੋਰਟ ਵਾਲੇ ਚੱਕਰ ਕਢਾਈ ਜਾਂਦੇ ਨੇ, ਤੁਸੀਂ ਪੈਸੇ ਦੇ ਹੀ ਜਾਓ, ਜੇ ਤੁਹਾਡੇ ਕੋਲ ਇੰਨੇ ਪੈਸੇ ਰੋਜ਼ ਕੋਰਟ ਜਾਓ, ਮੈਂ ਵੀ ਜਾਂਦੀ ਰਹੀ ਹਾਂ। ਇਸ ਕਰਕੇ ਪੰਚਾਇਤ ਸਟਰੋਂਗ ਹੋਵੇ ਤਾਂ ਬੇਟਾ ਸਭ ਕੁਛ ਹੋ, ਨਾਲੇ ਹੁਣ ਐ ਨਹੀਂ ਵੀ ਚੀਜ਼ਾਂ ਦੇ ਘਰ ਲੋਕਾਂ ਦੇ ਘਰ ਚੀਜ਼ਾਂ ਵੰਡੋ ਅਤੇ ਸਾਨੂੰ ਵੋਟ ਪਾਓ, ਇਹ ਵੀ ਨਹੀਂ ਹੋਣਾ ਚਾਹੀਦਾ। ਸਮਾਂ ਹੈਗਾ, ਯੂਥ ਬਹੁਤ ਅਪਡੇਟ ਹੈਗਾ, ਹਰ ਇੱਕ ਨੂੰ ਮੁਸ਼ਕਲਾਂ ਪਤਾ ਹੈਗਾ, ਇੰਟੈਲੀਜੈਂਟ ਹੈ ਯੂਥ, ਹੁਣ ਤਾਂ ਜ਼ਿਆਦਾ ਇੰਟੈਲੀਜੈਂਟ ਹੈ, ਪਰ ਉਹਨਾਂ ਨੂੰ ਕੰਮ ਆ ਰਹੇ ਤਾਂ ਅਸੀਂ ਲਾਉਣੇ ਨਾ, ਜਦੋਂ ਉਹਨਾਂ ਨੂੰ ਆ ਰਹੇ ਨਹੀਂ ਲਾਵਾਂਗੇ ਤਾਂ ਫਿਰ ਉਹ ਇੱਧਰ ਉੱਧਰ ਫਿਰਨਗੇ।
ਠੀਕ ਹੈ ਨਾ। ਮਤਲਬ ਜੇਕਰ ਦੇਸ਼ ਦਾ ਵਿਕਾਸ ਇੱਕ ਪੜ੍ਹਿਆ ਲਿਖਿਆ ਵਰਗ, ਕਿਉਂਕਿ ਅੱਜ ਅਸੀਂ ਵੇਖਦੇ ਹਾਂ ਸਭ ਤੋਂ ਜ਼ਿਆਦਾ ਇਹ ਹੈਗਾ ਕਿ ਅਨਪੜ੍ਹਤਾ ਕਰਕੇ ਜਿਹੜੇ ਸਰਪੰਚ ਵੱਡੇ ਅਫਸਰਾਂ ਨਾਲ ਗੱਲਾਂ ਨਹੀਂ ਕਰ ਸਕਦੇ, ਥਾਣਿਆਂ ਤੱਕ ਜਿਹੜਾ ਸੀਮਿਤ ਰਹਿ ਗਿਆ ਸਾਡਾ ਸਿਸਟਮ। ਨਹੀਂ, ਅਨਪੜ੍ਹ ਬੰਦੇ ਵੀ ਨੇ, ਅਨਪੜ੍ਹ ਬੜੇ ਤਾਂ ਬਹੁਤ ਚੰਗੇ ਹੁੰਦੇ ਸੀ ਪਹਿਲਾਂ, ਉਹ ਸਧਾਰਨ ਹੁੰਦੇ ਸੀ ਕਿ ਆਪਦੇ ਫੈਸਲੇ ਆਪੇ ਨਿਬੇੜ ਲੈਂਦੇ ਸੀ। ਹੁਣ ਜਿਹੜੇ ਬਾਹਲੇ ਪੜ੍ਹੇ ਲਿਖੇ ਨਾ, ਉਹੀ ਗੜਬੜ ਕਰਦੇ ਆ, ਟੂ ਬੀ ਵੈਰੀ ਫਰੈਂਕ। ਉਹਨਾਂ ਨੂੰ ਚਾਹੀਦਾ ਵੀ ਜਿਹੜੇ ਹੁਣ ਲੋਕ ਹੈਗੇ ਇਕੱਠੇ ਹੋ ਜਾਣ, ਪਿੰਡ ਦੇ ਲੋਕ ਇਕੱਠੇ ਹੋ ਕੇ ਇੱਕ ਸਰਪੰਚ ਚੁਣ ਲੈਣ, ਆਪਦੇ ਪੰਚਾਇਤ ਚੁਣ ਲੈਣ, ਉਹ ਫੈਸਲੇ ਜਿਹੜੇ ਕਰਦੇ ਆ ਖਰਚੇ ਨੂੰ ਬਣੇ। ਮਤਲਬ ਵੱਡੀ ਰਾਜਨੀਤੀ ਜਿਹੜੀ ਹੈਗੀ ਉਹ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ, ਜਿਵੇਂ ਵੱਡੇ ਸਰਕਾਰ ਪਿੰਡ ਦਾ ਮਸਲਾ ਪਿੰਡ 'ਚ ਖਰਚਾ ਕਰੀ ਜਾਓ ਤੁਸੀਂ, ਰੋਜ਼ ਜਾ ਕੇ ਉੱਥੇ ਬਹਿ ਜਾਓ, ਤੁਹਾਡੀਆਂ ਫਸਲਾਂ ਦਾ ਕੋਈ ਕੰਮ ਨਹੀਂ, ਤੁਹਾਡੇ ਕੋਈ ਘਰ ਦਾ ਕੋਈ ਤੁਸੀਂ ਨਿਬੇੜ ਸਕਦੇ, ਘਰ ਦੇ ਕੰਮ ਨਹੀਂ ਕਰ ਸਕਦੇ, ਹੋਰ ਕੁਛ ਨਹੀਂ ਕਰ ਸਕਦੇ, ਫਿਰ ਤੁਹਾਡੇ ਤਾਂ ਖਰਚਾ ਹੀ ਖਰਚਾ। ਮਤਲਬ ਖਰਚਾ ਬਚਾਓ, ਤੁਹਾਡੇ ਪਰਿਵਾਰ ਸਰਪੰਚੀ ਇਲੈਕਸ਼ਨ 'ਚ ਸਰਪੰਚ ਤੁਸੀਂ ਕਹਿੰਦੇ ਰਹੇ ਆ, ਅਤੇ ਮਤਲਬ ਜਿਹੜਾ ਪਹਿਲਾਂ ਸਰਪੰਚੀ ਹੁੰਦੀ ਸੀ ਨਿੱਕੇ ਮੋਟੀਆਂ ਚੀਜ਼ਾਂ ਘਰ ਹੀ ਜਿਹੜੇ ਸੋਰਟ ਆਊਟ ਹੁੰਦੀਆਂ ਸੀ, ਅਤੇ ਹੁਣ ਜਿਹੜੇ ਵਿਆਹ ਮੈਰਿਜ ਦੇ ਜਿੰਨੇ ਡਿਸਪਿਊਟ ਹੁੰਦੇ ਨੇ, ਹਰ ਇੱਕ ਨਿੱਕੀ ਨਿੱਕੀ ਚੀਜ਼ ਕੋਰਟਾਂ ਤੱਕ ਜਾਣ ਲੱਗ ਗਈ। ਹਾਂ, ਕੋਰਟਾਂ ਤੱਕ ਜਾਣ ਲੱਗ ਗਈ, ਫਿਰ ਕੋਰਟ ਵਾਲੇ ਚੱਕਰ ਕਢਾਈ ਜਾਂਦੇ ਨੇ, ਤੁਸੀਂ ਪੈਸੇ ਦੇ ਹੀ ਜਾਓ, ਜੇ ਤੁਹਾਡੇ ਕੋਲ ਇੰਨੇ ਪੈਸੇ ਰੋਜ਼ ਕੋਰਟ ਜਾਓ, ਮੈਂ ਵੀ ਜਾਂਦੀ ਰਹੀ ਹਾਂ। ਇਸ ਕਰਕੇ ਪੰਚਾਇਤ ਸਟਰੋਂਗ ਹੋਵੇ ਤਾਂ ਬੇਟਾ ਸਭ ਕੁਛ ਹੋ ਸਕਦਾ। ਆਖਰੀ ਸਵਾਲ ਕੀ ਕਹਿਣਾ ਚਾਹੁੰਦੇ ਹੋ ਦੇਸ਼ ਵਾਸੀਆਂ ਨੂੰ ਇਲੈਕਸ਼ਨ ਦੇ? ਮੈਂ ਤਾਂ ਇਹੀ ਕਹੂੰਗੀ ਵੀ ਜੇ ਸਿੰਸੀਅਰਲੀ ਕੋਈ ਵੀ ਬੰਦਾ ਟਰੁੱਥਫੁਲੀ ਸਿੰਸੀਅਰਲੀ ਇਮਾਨਦਾਰੀ ਨਾਲ ਕੰਮ ਕਰਦਾ ਹੈ, ਉਹਨੂੰ ਸਕਸੈਸ ਮਿਲਣੀ ਮਿਲਣੀ ਹੈ। ਜਿਹੜੇ ਬੇਈਮਾਨੀ ਨਾਲ ਕੰਮ ਕਰਦੇ ਆ ਉਹ ਔਖੇ ਹੀ ਹੈ। ਮਤਲਬ ਜਿਹੜਾ ਨਸ਼ਿਆਂ ਜਿਹੜੇ ਆਪਣੇ ਵੋਟਾਂ ਵੇਚ ਦਿੰਦੇ ਹਾਂ, ਜਾਂ ਅਸੀਂ ਨਸ਼ਿਆਂ ਦੇ ਹਾੜ ਚਾ ਕੇ ਬੰਦੇ ਉਹੀ ਨੂੰ ਚੁਣ ਲੈਂਦੇ ਇੱਕ ਦਿਨ ਦੇ ਦੋ ਦਿਨਾਂ ਦੇ, ਅਸੀਂ ਸਵਾਦ ਪਿੱਛੇ ਉਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਨਹੀਂ, ਉਹ ਕੁਛ ਵੀ ਨਹੀਂ ਹੋਣਾ ਚਾਹੀਦਾ। ਨਾਲੇ ਹੁਣ ਐ ਨਹੀਂ ਵੀ ਚੀਜ਼ਾਂ ਦੇ ਘਰ ਲੋਕਾਂ ਦੇ ਘਰ ਚੀਜ਼ਾਂ ਵੰਡੋ ਅਤੇ ਸਾਨੂੰ ਵੋਟ ਪਾਓ, ਇਹ ਵੀ ਨਹੀਂ ਹੋਣਾ ਚਾਹੀਦਾ। ਖਰਚਾ ਕਰੋ ਹੀ ਨਾ, ਜਿਹਨੂੰ ਪਸੰਦ ਹੈ ਬੰਦਾ ਉਹ ਚੁੱਕ ਲੈ ਲਓ, ਜਿਹੜਾ ਬੰਦਾ 5 ਲੱਖ ਲਾਏਗਾ ਫਿਰ ਉਹ ਇਕੱਠਾ ਵੀ ਕਰੇਗਾ, ਇਕੱਠਾ ਹੀ ਤਾਂ ਕਰ ਲਏਗਾ।